ਸਾਸੀ ਕਾਲ ਦੋਸਤੋ ਕੀ ਹਾਲ ਚਾਲ ਨੇ ਪ੍ਰਮਾਤਮਾ ਕਰੇ ਸਾਰੇ ਠੀਕ ਹੀ ਵਸਦੇ ਹੋਵੋ ਤੇ ਦੋਸਤੋ ਪਿਛਲੇ ਬਲੌਗਸ ਦੇ ਵਿੱਚ ਆਪਾਂ ਗੱਲ ਜਿਹੜੀ ਕੀਤੀ ਸੀਗੀ ਉਹ ਗੱਲ ਕੀਤੀ ਸੀਗੀ ਸੀਦਾਂ ਦੀ ਸੀਦ ਭਗਤ ਸਿੰਘ ਸੀਦ ਰਾਜਗੁਰੂ ਤੇ ਸ਼ਹੀਦ ਉਦਮ ਸਿੰਘ ਤੇ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਸ਼ਹੀਦ ਸੁਖਦੇਵ ਥਾਪਰ ਜੀ ਬਾਰੇ ਸੀਦ ਸੁਖਦੇਵ ਥਾਪਰ ਜੀ ਨੂੰ ਵੀ ਭਗਤ ਸਿੰਘ ਦੇ ਨਾਲ ਹੀ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਸੀਗਾ ਔਰ ਅੱਜ ਆਪਾਂ ਇਹਨਾਂ ਦੀ ਸਾਰੀ ਜਿਹੜੀ ਹੈ ਡਿਟੇਲ ਕਿ ਕਿੰਨਾ ਯੋਗਦਾਨ ਸੀ ਇਹਨਾਂ ਦਾ ਉਹਦੇ ਵਿੱਚ ਆਜ਼ਾਦੀ ਦੇ ਵਿੱਚ ਕਿ ਇਦਾਂ ਇਹਨਾਂ ਦਾ ਜਿਹੜਾ ਜੀਵਨ ਸੀਗਾ ਉਹ ਕਿਦਾਂ ਬਿਤਾਇਆ ਉਮਰ ਟੋਟਲ ਜਿਹੜੀ ਸੀਗੀ ਇਹਨਾਂ ਦੀ ਵੀ 23 ਸਾਲ ਐ ਸੀਗੀ ਜਦ ਇਹਨਾਂ ਨੂੰ ਫਰਾਂਸੀ ਦਿੱਤੀ ਗਈ ਹੈ ਤੇ ਦੋਸਤੋ ਇਹਨਾਂ ਦਾ ਜਨਮ ਹੁੰਦਾ 15 ਮਈ 1907 ਨੂੰ ਫਾਦਰ ਸਾਹਿਬ ਸੀਗੇ ਇਹਨਾਂ ਦੇ ਰਾਮ ਲਾਲ ਜੀ ਮਦਰਜ਼ੀ ਕੇ ਨਦਰ ਅਲੀ ਦੇਵੀ ਜੀ ਔਰ ਦੋਸਤੋ ਅੱਜ ਜਿਹੜਾ ਆਜ਼ਾਦੀ ਤੋਂ ਪਹਿਲਾਂ ਦਾ ਇਹਨਾਂ ਦਾ ਇੱਕ ਮਕਾਨ ਸੀਗਾ ਜਿਹੜਾ ਨੌਰਾ ਮਹੱਲਾ ਵਜਦਾ ਸੀਗਾ ਨੌਰੇ ਮਹੱਲੇ ਦੇ ਵਿੱਚ ਇਹਨਾਂ ਦਾ ਜਿਹੜਾ ਮਕਾਨ ਸੀ ਪੁਸਤੈਨੀ ਮਕਾਨ ਲੁਧਿਆਣਾ ਵਿੱਚ ਨੌਰਾ ਮਹੱਲਾ ਲੁਧਿਆਣਾ ਜਿੱਥੇ ਇਹਨਾਂ ਦਾ ਜਨਮ ਹੁੰਦਾ ਹੈ ਤੇ ਘਰ ਦੇ ਵਿੱਚ ਇਹਨਾਂ ਦੇ ਇੱਕ ਵੱਡੇ ਭਰਾ ਸੀਗੇ ਮੋਤਰਾ ਦਾ ਸਥਾਪਰ ਤੇ ਇੱਕ ਭਤੀਜਾ ਸੀਗਾ ਇਹਨਾਂ ਦਾ ਭਾਰਤ ਭੂਸ਼ਣ ਥਾਪਰ ਔਰ ਇੱਕ ਇਹਨਾਂ ਦੇ ਫਾਦਰ ਸਾਹਿਬ ਦੀ ਬਚਪਨ ਦੇ ਵਿੱਚ ਡੈਥ ਹੋ ਜਾਂਦੀ ਹੈ ਤੇ ਜਿਹੜੀ ਇਹਨਾਂ ਦੀ ਸਾਮ ਸੰਭਾਲਾ ਦੋਸਤੋ ਇਹਨਾਂ ਦੇ ਚਾਚਾ ਜੀ ਚਿੰਤ ਲਾਲ ਜੀ ਕਰਦੇ ਨੇ ਤੇ ਇਹ ਚਿੰਤ ਲਾਲ ਜੀ ਵੀ ਗ੍ਰਿਫਤਾਰ ਹੋ ਜਾਂਦੇ ਨੇ ਉਹ ਵੀ ਆਜ਼ਾਦੀ ਦੇ ਵਿੱਚ ਉਹਨਾਂ ਦਾ ਵੀ ਯੋਗਦਾਨ ਰਿਹਾ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੁਖਦੇਵ ਥਾਪਰ ਜੀ ਫਿਰ ਕਾਇਮ ਹੁੰਦੇ ਨੇ ਤੇ ਇਹ ਗਤੀਵਿਧੀਆਂ ਦੇ ਵਿੱਚ ਆਪਣਾ ਹਿੱਸਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਬਚਪਨ ਦੇ ਵਿੱਚ ਦੋਸਤੋ ਇਹਨਾਂ ਦਾ ਇੰਨੇ ਮਤਲਬ ਕਿ ਆਜ਼ਾਦੀ ਵਾਸਤੇ ਮੰਚ ਇੰਨੀ ਖਿੱਚ ਸੀਗੀ ਕਿ ਜਿਹੜੇ ਗੋਰੇ ਅਫਸਰ ਕੋਈ ਸਕੂਲ ਦੇ ਵਿੱਚ ਆਉਂਦੇ ਤੇ ਸਾਰੇ ਬੱਚੇ ਉਹਨਾਂ ਨੂੰ ਸਲੂਟ ਕਰਦੇ ਸੀ ਇਹ ਪਰ ਸੁਖਦੇਵ ਜੀ ਨੇ ਕਦੇ ਕਿਸੇ ਗੋਰੇ ਨੂੰ ਸਲੂਟ ਨਹੀਂ ਕੀਤਾ ਸੀਗਾ ਔਰ ਵੱਡੇ ਹੋ ਕੇ ਜਦ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਤੋਂ ਬਾਅਦ ਦੋਸਤੋ ਇਹ ਕਾਲ لاہور ਦੇ ਇੱਕ ਕਾਲਜ ਤੋਂ ਗ੍ਰੈਜੂਏਸ਼ਨ ਕਰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਭਗਤ ਸਿੰਘ ਦੀ ਇਹਨਾਂ ਦੇ ਨਾਲ ਭੇਟ ਹੁੰਦੀ ਹੈ ਦੋਨੋਂ ਇਕੱਠੇ ਹਿੰਦੁਸਤਾਨ ਸੋਸ਼ਲਿਸਟ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਪਾਰਟੀ ਦੇ ਮੈਂਬਰ ਬਣਦੇ ਨੇ ਤੇ ਭਗਤ ਸਿੰਘ ਨਾਲ ਦੋਸਤੀ ਦਾ ਪਤਾ ਦੋਸਤੋ ਇਹਨਾਂ ਦਾ ਇੱਥੋਂ ਲੱਗਦਾ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤਾਂ ਇਹਨਾਂ ਤੇ ਰਾਜਗੁਰੂ ਅਤੇ ਸੁਖਦੇਵ ਤੇ ਕੁਝ ਹੋਰ ਕੇਸ ਚਲਾ ਕੇ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਦੇ ਤੁਹਾਨੂੰ ਫਾਂਸੀ ਦੀ ਸਜ਼ਾ ਨਹੀਂ ਦਵਾਗੇ ਤੇ ਤੁਹਾਨੂੰ ਥੋੜੀ-ਮੋਟੀ ਸਜ਼ਾ ਹੋ ਜਾਣੀ ਹੈ ਤੇ ਤੁਸੀਂ ਮਤਲਬ ਕਿ ਲਿਖਤੀ ਰੂਪ ਦੇ ਵਿੱਚ ਮਾਫੀਨਾਮਾ ਦੇ ਦਿਓ ਲੇਕਿਨ ਦੋਸਤੋ ਇਹਨਾਂ ਨੇ ਮਾਫੀਨਾਮਾ ਨਾ ਦੇ ਕੇ ਮੰਗ ਕੇ ਜਿਹੜੀ ਫਾਂਸੀ ਦੀ ਸਜ਼ਾ ਸੀ ਖੁਦ ਲੈਤੀ ਸੀਗੀ ਔਰ ਨਾਰਮਲੀ ਇਹ ਇਥੋਂ ਇਹ ਚੀਜ਼ੋਂ ਪਤਾ ਲੱਗਦਾ ਕਿ ਜਦ ਕਿਸੇ ਨੂੰ ਮਰਨਾ ਸ ਕਾਲਾ ਨਹੀਂ ਹੈਗਾ ਦੋਸਤੋ ਫਾਂਸੀ ਸਜ਼ਾ ਮੰਗ ਕੇ ਲੈਤੀ ਤੇ ਭਗਤ ਸਿੰਘ ਨਾਲ ਦੋਸਤੀ ਜਿਹੜੀ ਉਹ ਦਿਖਾਈ ਕਿ ਹਾਂ ਸਾਡੀ ਦੋਸਤੀ ਹੈ ਪੱਕੀ ਹੈ ਤੇ ਅੱਗੇ ਗੱਲ ਕਰਦੇ ਹਾਂ ਦੋਸਤੋ ਜਦ ਇਹਨਾਂ ਨੇ ਸਕਾਉਟ ਨੂੰ ਮਾਰਿਆ ਉਹ ਸਾਰੀ ਪਲੈਨਿੰਗ ਸੀਗੀ ਜਿਹੜੀ ਉਹ ਸੁਖਦੇਵ <th>ਪਰ ਜੀ ਨੇ ਬਣਾਈ ਸੀਗੀ ਸਕਾਟ ਨੂੰ ਮਾਰਨ ਤੋਂ ਬਾਅਦ ਦੋਸਤੋ ਫਿਰ ਜਿਹੜੀ ਗਵਰਨਮੈਂਟ ਸੀਗੀ ਉਹ ਵੀ ਮਤਲਬ ਕਿ ਹਰਕਤ ਚ ਆ ਗਈ ਉਹਨਾਂ ਨੇ ਫਿਰ ਇੱਕ ਡਿਫੈਂਸ ਇੰਡੀਆ ਐਕਟ ਤਿਆਰ ਕੀਤਾ ਜਿਹਦੇ ਥਰੂ ਇਹ ਸੀਗਾ ਕਿ ਜਿਹੜਾ ਵੀ ਕੋਈ ਨੌਜਵਾਨ ਨੂੰ ਸ਼ੱਕੀ ਲੱਗਦਾ ਉਹਨੂੰ ਚੱਕ ਕੇ ਜੇਲ੍ਹ ਚ ਮਾਰੋ ਤੇ ਉਹਦੇ ਕੇਸ ਕਰੋ ਤੇ ਬਾਅਦ ਚ ਉਸ ਤੋਂ ਬਾਅਦ ਪੁੱਛ ਕੇ ਚੋਗੀ ਫਿਰ ਬ੍ਰਿਟਿਸ਼ ਸਰਕਾਰ ਨੇ ਕ੍ਰਾਂਤੀਕਾਰੀਆਂ ਨੂੰ ਸਰ ਮਤਲਬ ਕਿ ਬਹੁਤ ਜ਼ਿਆਦਾ ਤੇਜ਼ ਕਰਦਾ ਪੜਨਾ ਤੇ ਡਿਫੈਂਸ ਇੰਡੀਆ ਐਕਟ ਜਿਹੜਾ ਬਣਾਇਆ ਗਿਆ ਨਾ ਉਹਦੇ ਉਹਨੇ ਬੜਾ ਘਾਟਾ ਦਿੱਤਾ ਉਹਦੇ ਨਾਲ ਅ ਅਨੇ ਹੀ ਨੌਜਵਾਨ ਜਿਹੜੇ ਸੀਗੇ ਉਹ ਫੜੇ ਗਏ ਜਦੋਂ ਸੁਗਰੀਵ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਪਲੈਨਿੰਗ ਦਾ ਪਤਾ ਲੱਗਿਆ ਸੀ ਦੋਸਤੋ ਉਸ ਟਾਈਮ ਇਹਨਾਂ ਨੇ ਇੱਕ ਮੀਟਿੰਗ ਬੁਲਾ ਕੇ ਭਗਤ ਸਿੰਘ ਅਤੇ ਵਿਕਟੇਸ਼ਵਰ ਦੱਤ ਦੀ ਡਿਊਟੀ ਲਈ ਸੀਗੀ ਇਹ ਸਾਰੀ ਪਲੈਨਿੰਗ ਕੀਤੀ ਸੀਗੀ ਕਿ ਤੁਸੀਂ ਬੰਬ ਸਿੱਟੋਗੇ ਔਰ ਇਸ ਬੰਬ ਨਾਲ ਨੁਕਸਾਨ ਕਿਸੇ ਦਾ ਨਹੀਂ ਹੋਊਗਾ ਫਿਰ ਇਹਨੂੰ 1929 ਦੇ ਵਿੱਚ ਇਹ ਬੰਬ ਦਾ ਜਿਹੜਾ ਕਾਰਨਾਮਾ ਸੀ ਅਸੈਂਬਲੀ ਦੇ ਵਿੱਚ ਸਿੱਟ ਕੇ ਅੰਜਾਮ ਦਿੱਤਾ ਗਿਆ ਦੋਸਤੋ ਲਾਹੌਰ ਵਿਖੇ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਪਾਰਟੀ ਦੇ ਜਿਹੜਾ ਦਫ਼ਤਰ ਦੇ ਵਿੱਚ ਜਦ ਛਾਪੇਮਾਰੀ ਹੋਈ ਉਤੋਂ ਬਹੁਤ ਨੌਜਵਾਨ ਗ੍ਰਿਫਤਾਰ ਹੋਏ ਜਿਦੇ ਵਿੱਚ ਜੈਪਾਲ ਫਰਨੀਜ਼ ਸੌਰੀ ਜੈਪਾਲ ਜੇ ਆਨਸ ਰਾਜਪੂਰਾ ਸੀਗਾ ਪ੍ਰਿੰਦਰ ਰਾਠ ਸੀਗਾ ਤੇ ਹੋਰ ਜਿਹੜੇ ਇਹ ਸੀ ਇਹਨਾਂ ਨੇ ਦੋਸਤੋ ਸਰਕਾਰੀ ਗਵਾਹ ਬਣੇ ਤੇ ਫਰੀਂਦਰਨਾਥ ਅਨਸਰਾਜ ਬੂਰਾ ਤੇ ਜੈਪਾਲ ਜਦ ਇਹ ਸਰਕਾਰੀ ਗਵਾਹ ਬਣੇ ਨਾ ਫੜੇ ਜਾਣ ਤੋਂ ਬਾਅਦ ਇਹਨਾਂ ਨੇ ਆਪਣੇ ਨਾਲ ਦੇ 21 ਨੌਜਵਾਨ ਹੋਰ ਫੜਾਤੇ ਤੇ ਫਿਰ 1 ਸਤੰਬਰ 1929 ਨੂੰ ਦੋਸਤੋ ਇਹਨਾਂ ਦੇ 21 ਨੌਜਵਾਨਾਂ ਦਾ ਤੇ ਉਹਨਾਂ ਨੂੰ ਸਰਕਾਰੀ ਗਵਾਹ ਬਣਾ ਕੇ ਚਲਾਨ ਪੇਸ਼ ਹੁੰਦਾ ਹੈ ਤੇ 12 ਜੂਨ 1929 ਨੂੰ ਜੱਜਮੈਂਟ ਦੇ ਕੇ ਭਗਤ ਸਿੰਘ ਵਕਟੇਸ਼ਵਰਦੱਤ ਨੂੰ ਇਹਨਾਂ ਨੂੰ ਮਤਲਬ ਕਿ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਪੰਜਾਬ ਦੇ ਜ਼ਿਲ੍ਹਾ ਚ ਭੇਜ ਦਿੱਤਾ ਜਾਂਦਾ ਤੇ ਪੰਜਾਬ ਭੇਜਦੇ ਹੀ ਇਹਨਾਂ ਨੂੰ ਰਾਜਗੁਰੂ ਸੁਖਦੇਵ ਤੇ ਸਾਰੇ ਇਕੱਠੇ ਹੁੰਦੇ ਨੇ ਦੋਸਤੋ ਬਾਕੀਆਂ ਨੂੰ ਉਮਰ ਕੈਦ ਹੁੰਦੀ ਹੈ ਤੇ ਸੁਖਦੇਵ ਨੂੰ ਥਾਪੁਰ ਰਾਜਗੁਰੂ ਤੇ ਭਗਤ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਤੇ ਦੋਸਤੋ ਜਿੰਨਾ ਵੀ ਮਤਲਬ ਕਿ ਜਿਹੜਾ ਇਹ ਜਿਹਦੇ ਸਿਰੂ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਉਹ ਕੇਸ ਸੀਗਾ ਲਾਹੌਰ ਸੜੀ ਅੰਤਰ ਕੇਸ ਜਿਹੜਾ ਕਾਫੀ ਟਾਈਮ ਲੰਮਾ ਮਤਲਬ ਨਹੀਂ ਇਹਨਾਂ ਨੇ ਖਿੱਚ ਕੇ ਚਲਾਇਆ ਹੈਗਾ ਜਲਦੀ ਨਿਬੇੜਨ ਦੀ ਕੋਸ਼ਿਸ਼ ਕੀਤੀ ਕਿ ਭਾਈ ਫਟਾਫਟ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਔਰ ਇਹਦੇ ਵਿੱਚ ਹੀ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਲਓ ਤਾਂ ਅਸੀਂ ਸਿਰਫ ਭਗ ਸਿੰਘ ਨੂੰ ਫਾਂਸੀ ਦੇ ਦੇਵਾਂਗੇ ਤੇ ਤੁਹਾਨੂੰ ਤੁਹਾਡੇ ਤੇ ਕੇਸ ਚ ਲਾਗੇ ਤੁਹਾਨੂੰ ਛੱਡ ਦਾਂਗੇ ਲੇਕਿਨ ਇਹ ਇਹਨਾਂ ਨੇ ਪ੍ਰਵਾਨ ਨਾ ਕਰਕੇ ਦੋਸਤੋ ਖੁਦ ਮੰਗ ਕੇ ਫਾਂਸੀ ਲੈਤੀ ਸੀਗੀ ਔਰ ਉੱਥੇ ਫਿਰ ਉਸ ਟਾਈਮ ਜਦ ਇਹਨਾਂ ਦਾ ਫਾਂਸੀ ਦਾ ਕੇਸ ਚਲਾਇਆ ਗਿਆ ਤੇ ਜੇਲ੍ਹ ਦੇ ਵਿੱਚ ਰੋਟੀ ਪਾਣੀ ਚੰਗਾ ਨਹੀਂ ਮਿਲਦਾ ਭਗਤ ਸਿੰਘ ਜੀ ਦੇ ਨਾਲ ਹੀ ਰਲ ਕੇ ਸੁਖਦੇਵ ਤਾਪਰ ਰਾਜਗੁਰੂ ਸੁਖਦੇਵ ਤੇ ਹੋਰ ਰਾਜਵਾਨ ਜਿਨ੍ਹਾਂ ਨੇ ਭੁੱਖ ਹੜਤਾਲ ਕੀਤੀ ਉਸ ਭੁੱਖ ਹੜਤਾਲ ਨੇ ਜਤਿੰਦਰ ਨਾਥ ਦਾਸ ਦੀ ਇੱਕ ਜਿਹੜਾ ਸੀਗਾ ਭੁੱਖ ਹੜਤਾਲ ਦੇ ਵਿੱਚ ਬੈਠਾ ਭਗਤ ਸਿੰਘ ਜੀ ਉਹਨਾਂ ਦੇ ਨਾਲ ਉਹਦੀ ਜਾਨ ਚਲੀ ਗਈ ਉਹ ਸ਼ਹੀਦ ਹੋ ਗਿਆ ਤੇ ਦੋਸਤੋ 63 ਦਿਨ ਚੱਲੀ ਸੀ ਇਹ ਭੁੱਖ ਹੜਤਾਲ ਜਿਹੜੀ ਜੇਲ੍ਹ ਦੇ ਵਿੱਚ ਚੱਲ ਰਹੀ ਸੀਗੀ ਔਰ 7 ਅਕਤੂਬਰ 1930 ਨੂੰ ਲਾਹੌਰ ਸੰਯੰਤਰ ਕੇਸ ਦੇ ਜਿਹੜਾ ਸੀਗਾ ਕੇਸ ਦੀ ਸੁਣਵਾਈ ਸੀਗੀ ਜਿਹਦੇ ਵਿੱਚ ਦੋਸਤੋ ਪਹਿਲਾਂ ਮੈਂ ਦੱਸ ਚੁੱਕਿਆ ਕਿ ਭਗਤ ਸਿੰਘ ਤੇ ਸੁਖਦੇਵ ਰਾਜਗੁਰੂ ਇਹਨਾਂ ਨੂੰ ਫਾਂਸੀ ਦਿੱਤੀ ਗਈ ਦੋਸਤੋ ਉਸ ਸਮੇਂ ਜਦੋਂ ਫਾਂਸੀ ਦੇ ਇਹਦਾ ਟਾਈਮ ਆਇਆ ਤਾਂ ਸੁਖਦੇਵ ਥਾਪਰ ਨੇ ਇੱਕ ਖੱਤ ਲਿਖਿਆ ਸੀਗਾ ਗਾਂਧੀ ਨੂੰ ਜਿਹੜਾ ਬਾਅਦ ਦੇ ਵਿੱਚ ਪੇਪਰਾਂ ਦੇ ਵਿੱਚ ਵੀ ਸਪਿਆ ਤੇ ਉਹਦੇ ਵਿੱਚ ਸਿੱਧੇ ਤੌਰ ਤੇ ਇਹਨਾਂ ਨੇ ਮਤਲਬ ਕਿ ਕਿਹਾ ਸੀ ਕਿ ਜੇ ਆਪਾਂ ਕੇ ਟਾਰਗੇਟ ਕੀਤਾ ਸੀ ਗਾਂਧੀ ਮਹਾਤਮਾ ਗਾਂਧੀ ਨੂੰ ਕਿ ਜੇਕਰ ਅਸੀਂ ਕਿਸੇ ਦੀ ਮਦਦ ਨਹੀਂ ਕਰ ਦਿੱ ਸਕਦੇ ਨਾ ਤੇ ਬਾਕੀ ਸਭ ਕੰਮ ਕਰਨ ਤੋਂ ਵੀ ਪਾਸਾ ਵੱਟ ਲੈਣਾ ਚਾਹੀਦਾ ਔਰ ਦੂਜੇ ਨੰਬਰ ਤੇ ਕਿਹਾ ਸੀ ਕਿ ਅਸੀਂ ਤਾਂ ਬਣੇ ਹੀ ਸੀ ਦੇਸ਼ ਵਾਸਤੇ ਸੀਦੋਂ ਨੂੰ ਸੀਗੇ ਸਾਡੇ ਤੇ ਤੁਸੀਂ ਕੀ ਰਹਿਮਦਿਲੀ ਕਰਨੀ ਹੈ ਅਸੀਂ ਤਾਂ ਬਣੇ ਹੀ ਸੀਦ ਹੋਣ ਵਾਸਤੇ ਸੀਗੇ ਤੇ ਬਾਕੀ ਵੱਡਿਆਂ ਵੱਡੀਆਂ ਗੱਲਾਂ ਨਹੀਂ ਮਾਰਿੰਦੀਆਂ ਤੇ ਜਿੰਨਾ ਕਹੀਦਾ ਉਹਨਾਂ ਕਰਕੇ ਦਿਖਾਈਂਦਾ ਉਹ ਅਸੀਂ ਕੀਤਾ ਜਿਉਂ ਕਿਹਾ ਸੀ ਕਰਕੇ ਦਿਖਾਇਆ ਔਰ ਇਹਦੇ ਨਾਲ ਹੀ ਦੋਸਤੋ ਇਹਨਾਂ ਨੂੰ ਫਾਂਸੀ ਦੇ ਦਿੱਤੀ ਇਤੇ 23 ਮਾਰਚ 1931 ਨੂੰ ਤੁਹਾਨੂੰ ਪਤਾ ਹੀ ਹੈ ਫਿਰ ਇਹਨਾਂ ਦੀ ਲਾਸਾਂ ਨੂੰ ਵੀ ਮਤਲਬ ਕਿ ਖੁਰਦੌਰਦ ਕਰਨ ਦੀ ਕੋਸ਼ਿਸ਼ ਕੀਤੀ ਦਿੱਤਾ ਨਹੀਂ ਸੀਗਾ ਜਿਹੜਿਆਂ ਬਾਰਸ਼ਾਂ ਨੂੰ ਤੇ ਦੋਸਤੋ ਇਸੇ ਗੱਲ ਗੱਲ ਇਹ ਹੈ ਵੀ ਸੁਖਦੇਵ <th>ਪਰ ਵਰਗੇ ਸੀਦ ਜਿਨ੍ਹਾਂ ਨੇ ਮਤਲਬ ਉਸ ਟਾਈਮ ਸੁਪਨਾ ਦੇਖਿਆ ਸੀ ਕਿ ਆਜ਼ਾਦੀ ਅਸੀਂ ਤਾਂ ਰਹਿਣਾ ਨਹੀਂ ਹੈਗਾ ਆਜ਼ਾਦ ਹੋਣ ਤੋਂ ਬਾਅਦ ਸਾਡਾ ਦੇਸ਼ ਕਿਦਾਂ ਦਾ ਹੋਊ ਕਿੰਨਾ ਸੋਹਣਾ ਹੋਊਗਾ ਲੇਕਿਨ ਹੁਣ ਤੁਹਾਨੂੰ ਵੀ ਪਤਾ ਕਿ ਕਿਦਾਂ ਦਾ ਭੁੱਖਾ ਮਰੀ ਫੈਲਣ ਵਾਲਾ ਕੰਮ ਹੋਇਆ ਪਿਆ ਮਹਿੰਗਾਈ ਇੰਨੀ ਹੋਈ ਪਿਆ ਆਮ ਗਰੀਬ ਬੰਦਾ ਕੋਈ ਚੀਜ਼ ਖਰੀਦਣ ਜਾਵੇ ਉਹਦੇ ਹੱਥ 'ਵਸ ਕੁਝ ਨਹੀਂ ਹੈਗਾ ਤੇ ਬਾਕੀ ਦੋਸਤੋ ਆਪਾਂ ਕਿਸੇ ਨੂੰ ਸੁਜੈਸਟ ਨਹੀਂ ਕਰ ਸਕਦੇ ਜਾਂ ਕਿਸੇ ਨੂੰ رائے ਨਹੀਂ ਦੇ ਸਕਦੇ ਲੱਗਦੇ ਏਡੀ ਵੱਡੀ ਆਪਣੀ ਹੈਸੀਅਤ ਨਹੀਂ ਹੈਗੀ ਆਪਾਂ ਤਾਂ ਸਿਰਫ ਇਹ ਪੜ ਕੇ ਤੇ ਦੇਖ ਕੇ ਇਹ ਇੱਕ ਬਲੌਗ ਬਣਾ ਕੇ ਪਾ ਰਹੇ ਹਾਂ ਜਿਹਦੇ ਨਾਲ ਜੇ ਕੋਈ ਸੁਣੂਗਾ ਤੇ ਕਿਸੇ ਨਾ ਕਿਸੇ ਨੂੰ ਤਾਂ ਵਧੀਆ ਲੱਗੂਗਾ ਤੇ ਠੀਕ ਹੈ ਦੋਸਤੋ ਮਿਲਦੇ ਆਂ ਅਗਲੇ ਵਲੌਗ ਚ ਅਗਲੀ ਕਿਸੇ ਕਹਾਣੀ ਨਾਲ ਤੇ ਉਸ ਕਹਾਣੀ ਦੇ ਵਿੱਚ ਵੀ ਸੀ ਦੀ ਜ਼ਿਕਰ ਕਰਾਂਗੇ ਹੋਰ ਤਾਂ ਆਪਾਂ ਕਿਸੇ ਦਾ ਕੀ ਕਰਨਾ ਹੈ ਠੀਕ ਹੈ ਜੀ ਸਾਰੀ ਗੱਲ ਸਾਰਿਆਂ ਨੂੰ ਓਕੇ ਜੀ